ਸੁਣਨੇ ਅੱਜ ਦੀ ਡੇਟ ਦੇ ਵਿੱਚ ਖਾਧਿਆਂ ਨੂੰ ਬੜਾ ਟਾਈਮ ਹੋ ਗਿਆ, ਜਿੱਦਾਂ ਭਾਈ ਦਾ ਕੋਈ ਪੇਜ ਦੇਖਦਾ ਜਾਂ ਲਿੰਕ 'ਚ ਚੈੱਕ ਕਰਦਾ ਨਾ, ਉਸ ਸਪੈਸ਼ਲ ਕਮੈਂਟ 'ਚ ਇਹ ਦੱਸੇ ਕਿ ਗਰੂਨੇ ਇਸ ਟਾਈਮ ਕਿਹੜੀ ਜਗ੍ਹਾ ਤੋਂ ਮਿਲਦੇ ਆ। ਬਾਹਰ ਤਾਂ ਯਾਰ ਬਹੁਤ ਠੰਡ ਆ ਅੱਜ ਕੱਲ ਇੰਡੀਆ ਤੋਂ ਅਮਰੀਕਾ ਕੈਨੇਡਾ ਦੀਆਂ ਜਿਹੜੀਆਂ ਡਿਸਪੈਚ ਆ ਨਾ। ਬਾਕੀ ਰਹੀ ਗੱਲ ਭੋਗਪੁਰ ਦੇ ਟ੍ਰੈਫਿਕ ਦੀ, ਭੋਗਪੁਰ ਵਿੱਚ ਬਹੁਤ ਹੀ ਜ਼ਿਆਦਾ ਟ੍ਰੈਫਿਕ ਹੁੰਦਾ ਆ ਜਿਹੜੇ ਰੋਡ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਤੁਹਾਡਾ ਇੱਕ ਨਵੇਂ ਬਲੌਗ ਦੇ ਵਿੱਚ। ਹੋਪਸ ਤੁਸੀਂ ਸਾਰੇ ਜਾਣੇ ਬਹੁਤ ਵਧੀਆ ਹੋਵੋਗੇ ਅਤੇ ਬਹੁਤ ਹੀ ਮਜ਼ਾ ਆ ਰਿਹਾ ਬਲੌਗਿੰਗ ਕਰਨ ਦੇ ਵਿੱਚ, ਕਿਉਂਕਿ ਸਾਰੇ ਵੀਰ ਭਰਾ ਬਹੁਤ ਹੀ ਪਿਆਰ ਦੇ ਰਿਹਾ ਚੈਨਲ ਨੂੰ ਅਤੇ ਹੌਲੀ ਹੌਲੀ ਇਹ ਚੈਨਲ ਜਿੱਦਾਂ ਜਿੱਦਾਂ ਤਰੱਕੀ ਕਰੂਗਾ ਅਤੇ ਉੱਦਾਂ ਹੀ ਉੱਦਾਂ ਆਪਣਾ ਬਲੌਗਿੰਗ ਦਾ ਅਸੀਂ ਸਿਸਟਮ ਵਧਾਵਾਂਗੇ ਅਤੇ ਇੱਦਾਂ ਹੀ ਪਿਆਰ ਬਣਾਈ ਰੱਖਿਓ। ਅੱਜ ਚੱਲੇ ਹਾਂ ਜੀ ਇੱਕ ਛੋਟੀ ਜਿਹੀ ਕਿੱਟੀ ਪਾਰਟੀ ਅਤੇ ਨਾਲ ਪਾਰਟਨਰ, ਫਿਲਹਾਲ ਕਾਰ ਦੇ ਵਿੱਚ ਕੋਈ ਨਹੀਂ ਹੈਗਾ ਅਤੇ ਅੱਜ ਦੇ ਬਲੌਗ ਦੀ ਸਟਾਰਟਿੰਗ ਕਰ ਰਿਹਾ ਮੈਂ ਗੱਡੀ ਵਿੱਚ ਬੈਠੇ। ਅਤੇ ਮੋਸਟਲੀ ਬਲੌਗ ਸਾਡੇ ਨਾਈਟ ਨੂੰ ਹੀ ਸਟਾਰਟ ਹੁੰਦੇ ਆ ਬਿਕੋਜ਼ ਸਵੇਰੇ ਬਿਜ਼ੀ ਹੁੰਦੇ ਆ। ਅਤੇ ਜੇ ਬਲੌਗ ਵਧੀਆ ਲੱਗਦਾ ਹੈ ਤਾਂ ਲਾਈਕ ਕਮੈਂਟ ਕਰਕੇ ਦੱਸ ਦਿਆ ਕਰੋ ਕਿਵੇਂ ਲੱਗਿਆ ਤੁਹਾਨੂੰ, ਚੰਗਾ ਮਾੜਾ। ਅਤੇ ਆਓ ਚੱਲਦੇ ਹਾਂ, ਆਪਾਂ ਲੇਟ ਹੋ ਚੁੱਕੇ ਹਾਂ, 8:45 ਸਾਨੂੰ ਇੱਥੇ ਗੱਡੀ 'ਚ ਬੈਠੇ ਹੋ ਗਏ ਆ ਅਤੇ ਉਹੀ 8:30 ਪਾਰਟੀ ਸਟਾਰਟ ਸੀਗੀ। ਅਤੇ ਚਲੋ ਆਓ ਚੱਲਦੇ ਹਾਂ, ਮਿਲਦੇ ਹਾਂ ਅੱਗੇ ਬਲੌਗ। ਲਓ ਜੀ, ਟਾਈਮ ਜ਼ਿਆਦਾ ਹੋਣ ਦੇ ਨਾਲ ਮਾਰਕੀਟ ਹੋ ਗਈ ਹੈ ਪੂਰੀ ਕਲੋਜ਼ ਅਤੇ ਸ਼ਾਮ ਨੂੰ ਇੱਥੇ ਗੱਡੀ ਇਸ ਟਾਈਮ ਆਪਾਂ ਦੇਖੋ ਕਿੱਦਾਂ ਆਰਾਮ ਨਾਲ ਜਾਂਦੀ ਹੈ। ਜੇ ਇਹੀ ਆਪਾਂ ਕਿਤੇ 2:30 ਦੇ ਗੇਟ 'ਚ ਆਈਏ ਤਾਂ ਇੱਥੇ ਪੈਰ ਰੱਖਣ ਨੂੰ ਜਗ੍ਹਾ ਨਹੀਂ ਹੁੰਦੀ ਅਤੇ ਬਹੁਤ ਜ਼ਿਆਦਾ ਇੱਥੇ ਟ੍ਰੈਫਿਕ ਹੁੰਦਾ ਆ ਅਤੇ ਅੱਜ ਕੱਲ੍ਹ ਜਿਹੜੀ ਰੋਡ 'ਤੇ ਸਮੱਸਿਆ ਬਹੁਤ ਜ਼ਿਆਦਾ ਆ। ਬਾਕੀ ਰਹੀ ਗੱਲ ਭੋਗਪੁਰ ਦੇ ਟ੍ਰੈਫਿਕ ਦੀ, ਭੋਗਪੁਰ ਵਿੱਚ ਬਹੁਤ ਹੀ ਜ਼ਿਆਦਾ ਟ੍ਰੈਫਿਕ ਹੁੰਦਾ ਆ ਜਿਹੜੇ ਰੋਡ। ਮੈਂ ਹੁਣ ਸਮੂਥਲੀ ਜਾਂਦਾ ਪਿਆ ਅਤੇ ਇਹਨਾਂ ਰੋਡਾਂ 'ਤੇ ਇੰਨਾ ਕੁ ਰਸ਼ ਹੁੰਦਾ ਨਾ ਮੋਰਨਿੰਗ, ਤੁਸੀਂ 12 ਵਜੇ ਤੋਂ ਲੈ ਕੇ 4-5 ਵਜੇ ਤੱਕ ਕੋਈ ਲੰਘ ਨਹੀਂ ਸਕਦਾ। ਕੋਈ ਬੱਸ ਇੱਥੋਂ ਲੰਘਣੀ ਆ ਉਹਦਾ ਵੀ ਬਹੁਤ ਜ਼ਿਆਦਾ ਸ਼ਡਿਊਲ ਖਰਾਬ ਹੁੰਦਾ ਆ। ਮੈਂ ਜੇ ਮੈਨੂੰ ਡਰੋਨ ਸ਼ੋਟ ਤੋਂ ਮਿਲੀ ਵੀਡੀਓ ਅਤੇ ਮੈਂ ਤੁਹਾਨੂੰ ਦਿਖਾਊਂਗਾ, ਅਤੇ ਨਹੀਂ ਤਾਂ ਇੱਕ ਮੇਰੇ ਤੋਂ ਵੀਡੀਓ ਆਈ ਆ ਮੈਂ ਸ਼ੇਅਰ ਕਰੂੰਗਾ ਤੁਹਾਨੂੰ, ਅਤੇ ਕਿ ਐਂਬੂਲੈਂਸ ਵੀ ਲੰਘ ਨਹੀਂ ਸਕਦੀ, ਇੰਨਾ ਕੁ ਜ਼ਿਆਦਾ ਟ੍ਰੈਫਿਕ ਹੁੰਦੀ ਆ। ਸਰਵਿਸ ਲਾਈਨ ਵੀ ਜਿਹੜੀ ਆ ਬਿਜ਼ੀ ਹੁੰਦੀ ਆ, ਮਤਲਬ ਜਿਹੜੀ ਸਰਵਿਸ ਲਾਈਨ ਦੇ ਵਿੱਚ ਵੀ ਲੋਕਾਂ ਬੱਸਾਂ ਖੜ੍ਹੀਆਂ ਹੁੰਦੀਆਂ ਕਿਉਂਕਿ ਜਦੋਂ ਫਸ ਜਾਂਦੀਆਂ ਆ ਬੱਸਾਂ ਵੀ ਤਾਂ ਬਹੁਤ ਜ਼ਿਆਦਾ ਹੋਰ ਵੀ ਟ੍ਰੈਫਿਕ ਹੋ ਜਾਂਦਾ, ਅਤੇ ਇਹਦੇ ਕੋਈ ਹੱਲ ਨਹੀਂ ਨਿਕਲ ਰਿਹਾ। ਬਹੁਤ ਹੀ ਲੋਕ ਯਾਨੀ ਕਿ ਸਿਟੀ ਵਾਲੇ, ਭੋਗਪੁਰ ਸਿਟੀ ਵਾਲੇ ਲੋਕ ਵੀ ਬਹੁਤ ਜ਼ਿਆਦਾ ਪਰੇਸ਼ਾਨ ਹੁੰਦੇ ਆ ਅਤੇ ਇਹਦਾ ਹੱਲ ਨਿਕਲਣਾ ਚਾਹੀਦਾ, ਬਹੁਤ ਜ਼ਰੂਰੀ। ਹਰ ਇਹ ਜਦੋਂ ਸਰਦੀਆਂ ਸਟਾਰਟ ਹੁੰਦੀਆਂ, ਗੰਨੇ ਦੀ ਟਰੈਲੀ ਕਰਕੇ ਕਹਿ ਲਓ ਜਾਂ ਕਿਸੇ ਵੀ ਕਾਰਨ ਕਰਕੇ ਕਹਿ ਲਓ, ਪਰ ਟ੍ਰੈਫਿਕ ਇੰਨਾ ਕੁ ਜ਼ਿਆਦਾ ਹੁੰਦਾ ਨਾ, ਅਤੇ ਤੁਸੀਂ ਜਦੋਂ ਵੀ ਕਿਤੇ ਭੋਗਪੁਰੋਂ ਲੰਘਣਾ ਹੋਵੇ ਅਤੇ ਆਪਣਾ ਹਿਸਾਬ ਤਾਂ ਅੱਧੇ ਘੰਟੇ ਘੰਟੇ ਦਾ ਲਾ ਕੇ ਚੱਲਿਓ, ਕਿਉਂਕਿ ਅੱਧਾ ਘੰਟਾ ਘੰਟਾ ਲੱਗ ਜਾਂਦਾ। ਲਓ ਜੀ, ਫਾਈਨਲੀ ਪਹੁੰਚ ਕੇ ਆਪਾਂ ਰੈਸਟੋਰੈਂਟ, ਅਤੇ ਕੁਛ ਕਾਫੀ ਆ ਲੱਗਦਾ, ਅਤੇ ਚੱਲਦੇ ਹਾਂ। ਤੁਹਾਨੂੰ ਪਤਾ ਲੱਗ ਗਿਆ ਹੋਣਾ ਮੈਂ ਕਿੱਥੇ ਆਇਆ ਅੱਜ ਵੀ। ਰੱਖੋ ਯਾਰ, ਅੱਜ ਸੇਵਾ ਨਹੀਂ ਹੋਈ। ਕੰਟੀਨੈਂਟਲ ਫਿਸ਼ ਗਿਆ ਸੀ, ਆਈ ਨਹੀਂ ਹਲੇ ਤੱਕ। ਦੀ ਜਲਗੀ ਰਾਣੀ ਆ ਗਈ ਅੱਜ ਫੇ, ਤੇ ਅੱਜ ਆਈ ਆ ਫਰਾਈਡ। ਚੱਕੋ ਯਾਰ, ਚੱਕ ਦੋ ਵੀ, ਚੱਕ ਦੋ, ਚੱਕ ਕੇ ਕਰਨ ਜੱਗੀ ਸਹੇਲੀ ਨਾਲ ਬਾਅਦ ਚ ਗੱਲ ਕਰ ਲਈ।
ਕਰਨ ਨੇ ਗੱਲਾਂ ਛੇੜ ਲਈਆਂ ਆਪਣੀਆਂ ਪੁਰਾਣੀਆਂ ਅਤੇ ਗੁੰਨਿਆਂ ਦੀਆਂ ਗੱਲਾਂ ਕਰੀ ਜਾਂਦਾ ਕਿ ਹਾਂ ਬਈ ਪਹਿਲਾਂ ਛੋਟੇ ਹੁੰਦੇ ਗੁੰਨੇ ਬਹੁਤ ਖਾਈ ਜਾਂਦੇ ਸੀ ਗਰੂਨੇ ਜੋ ਕਮੈਂਟ ਕਰਕੇ ਜ਼ਰੂਰ ਦੱਸੋ ਮੈਂ ਕਿਹੜੀਆਂ ਗੱਲਾਂ ਕਰਦਾ ਪਿਆ ਸੀ ਹੁਣੀ ਆ ਦੱਸੀ ਮਾੜਾ ਗਰੂਨਿਆਂ ਦੀ ਗੱਲ ਕਰਦਾ ਪਿਆ ਕਿ ਗਰੂਨੇ ਅੱਜ ਦੀ ਡੇਟ ਦੇ ਵਿੱਚ ਖਾਧਿਆਂ ਨੂੰ ਬੜਾ ਟਾਈਮ ਹੋ ਗਿਆ ਜਿੱਦਾਂ ਭਾਈ ਦਾ ਕੋਈ ਪੇਜ ਦੇਖਦਾ ਜਾਂ ਲਿੰਕ 'ਚ ਚੈੱਕ ਕਰਦਾ ਨਾ ਉਸ ਸਪੈਸ਼ਲ ਕਮੈਂਟ 'ਚ ਇਹ ਦੱਸੇ ਕਿ ਗਰੂਨੇ ਇਸ ਟਾਈਮ ਕਿਹੜੀ ਜਗ੍ਹਾ ਤੋਂ ਮਿਲਦੇ ਆ ਬੜਾ ਦਿਲ ਆ ਗਰੂਨੇ ਉੱਥੇ ਖਾਣ ਜਾਵਾਂਗੇ ਸਪੈਸ਼ਲ ਔਰ ਕਿਹੜੇ ਮੌਸਮ 'ਚ ਮਿਲਦੇ ਆ ਪੂਰੇ ਟਾਈਮ ਦੇ ਅਕੋਰਡਿੰਗ ਉਦੋਂ ਜਾਣਾ ਪੈਣਾ ਹੋਰ ਪੁਰਾਣੀਆਂ ਚੀਜ਼ਾਂ ਜਿੱਦਾਂ ਗੱਲਾਂ ਕਰਦੇ ਪਏ ਸੀ ਕੁਛ ਹੋਰ ਹੋਇਆ ਤਾਂ ਦੱਸਦੇ ਹਾਂ ਸਾਡੇ ਦੇ ਨਾਲ ਸੁੱਟ ਦਿਓ ਯਾਰ ਸਾਡੇ ਦੇ ਨਾਲ ਸੁੱਟਿਓ ਭਾਅ ਜੀ ਨਹੀਂ ਆਉਂਦੀ ਨਹੀਂ ਆਉਂਦੀ ਕੋਈ ਨਹੀਂ ਲਓ ਜੀ ਆ ਗਏ ਫਰੈਸ਼ ਲਾਈਮ ਸੋਡੇ ਬੰਦੇ ਅੱਜ ਯਾਰ ਸਰਵਿਸ ਬੜੀ ਲੇਟ ਆ ਤੁਹਾਡੀ ਤਾਂ ਹੀ ਸਾਨੂੰ ਬੈਟਿੰਗ ਹਾਲ 'ਚ ਬਿਠਾ ਦਿੱਤਾ ਇਹਨਾਂ ਨੇ ਇਹ ਤਾਂ ਫਰੈਸ਼ ਲਾਈਮ ਸੋਡਾ ਮੰਗਾਈ ਹੈ ਕੁਛ ਹੋਰ ਹੀ ਹੈ ਯਾਰ ਕੀ ਆ ਕਰਨ ਨਿੰਬੂ ਪਾਣੀ ਹੈ ਫਰੈਸ਼ ਲਾਈਮ ਸੋਡਾ ਨਹੀਂ ਗਾ ਸਹੀ ਗੱਲ ਆ ਵਿੱਚ ਸੋਡਾ ਨਹੀਂ ਹੈਗਾ ਕੁਛ ਹੋਰ ਹੀ ਪਾ ਕਰਨ ਸੁੱਚਾ ਹੀ ਹੈ ਸੁੱਚਾ ਕਿਹੜੀ ਬਾਲਟੀ ਲਿਆਓ ਚੱਕ ਕੇ ਜਿੱਥੇ ਘੋਲੀ ਆ ਨਹੀਂ ਨਹੀਂ ਅਸੀਂ ਭਾਈ ਨਹੀਂ ਇਹ ਇਹ ਸੋਡਾ ਮੰਗਾਇਆ ਸੀ ਭਾਜੀ ਚਲੋ ਇਹ 50% ਡਿਸਕਾਊਂਟ ਕਰ ਚੇਂਜ ਅਤੇ ਫਰੈਸ਼ ਲਾਈਨ ਸੋਡਾ ਨਹੀਂ ਵਧੀਆ ਬਣਿਆ ਸੀ ਅਤੇ ਆ ਬਾਈ ਉਹਨਾਂ ਨੇ ਦਿੱਤਾ ਹੁਣ ਮਜੀਟੋ ਗਿਫਟ ਮਜੀਟੋ ਗਿਫਟ ਦਿੱਤਾ ਨਾ ਫਰੈਸ਼ ਲਾਈਨ ਸੋਡੇ ਦੇ ਪੈਸੇ ਦੇ ਵਿੱਚ ਮਜੀਟੋ ਮਿਲ ਗਿਆ ਹੋ ਗਿਆ ਪੂਰਾ ਖਾਲੀ ਅਤੇ ਪਹਿਲਾਂ ਸੀਗਾ ਰਸ਼ ਅਤੇ ਹੁਣ ਸਾਰੇ ਜਣੇ ਸਵੀਟ ਡਿਸ਼ ਖਾਣ ਦੀ ਇੱਛਾ ਰੱਖਦੇ ਆ ਵੀ ਕਿ ਨਹੀਂ ਕੌਫੀ ਚਲੋ ਇੱਧਰ ਕੌਫੀ ਕਿਹੜੀ ਖਾਊਂਗੇ ਜੀ ਸਵੀਟ ਡਿਸ਼ ਕਿਹੜੀ ਬ੍ਰਿਟਿਸ਼ ਆਈਸਕ੍ਰੀਮ ਵਾਹ ਭਾਅ ਜੀ ਬ੍ਰਿਟਿਸ਼ ਆਈਸਕ੍ਰੀਮ ਵੀ ਹੁੰਦੀ ਕੋਈ ਬ੍ਰਿਟਿਸ਼ ਆਈਸਕ੍ਰੀਮ ਦਿਓ ਭਾਅ ਜੀ ਹੁਣੀ ਕਹਿੰਦੇ ਬ੍ਰਿਟਿਸ਼ ਆਈਸਕ੍ਰੀਮ ਖਾਣੀ ਆਪਾਂ ਭਰਾਵਾ ਠੰਡ ਬਹੁਤ ਆ ਗੁਲਾਬ ਜਾਮਣ ਖਾਂਦੇ ਆ ਓਕੇ ਕੌਫੀ ਪੀ ਲਓ ਮੈਂ ਤਾਂ ਕਹਿੰਦਾ ਕਰ ਉਹ ਵੀ ਕਰ ਲਓ ਆਰਡਰ ਤਿੰਨ ਲਾ ਦਿਓ ਭਾਅ ਜੀ ਗੁਲਾਬ ਜਾਮਣ ਅਤੇ ਬਾਕੀ ਦੇ ਦਿਓ ਕੌਫੀ ਭਾਅ ਜੀ 1 2 3 ਲੱਗੀ ਲਓ 4 5 ਤੁਸੀਂ ਗੁਲਾਬ ਜਾਮਣ ਭਾਅ ਜੀ 5 ਕੌਫੀ 3 ਹੋਰ ਲਾ ਦਿਓ ਬਾਕੀ ਗੁਲਾਬ ਜਾਮਣ ਸਿੰਗਲ ਸਿੰਗਲ ਦੇ ਦਿਓ ਸਾਰੇ ਚਲੋ ਜੀ ਓਏ ਹੋਏ 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 ਬਾਹਰ ਤਾਂ ਯਾਰ ਬਹੁਤ ਠੰਡ ਆ ਬਾਹਰ ਪੈ ਰਹੀ ਆ ਧੁੰਦ ਅਤੇ ਮੁੰਡੇ ਚੱਲੇ ਆ ਮੋਟਰਸਾਈਕਲ 'ਤੇ ਮੈਂ ਕਿਹਾ ਐਕਟੀਵਾ ਦੇ ਦੇ ਤੈਨੂੰ ਛੱਡ ਦਿੰਦਾ ਮੈਂ ਪਾਰਟੀ ਹੋ ਗਈ ਡਨ ਬੜਾ ਮਜ਼ਾ ਆਇਆ ਅੱਜ ਤਾਂ ਪਾਰਟੀ 'ਚ ਅਤੇ ਰੈਸਟੋਰੈਂਟ ਵੀ ਹੋ ਗਿਆ ਬੰਦ ਅਤੇ ਆਪਾਂ ਚੱਲੇ ਹਾਂ ਹੁਣ ਘਰ ਟਾਈਮ ਹੋ ਗਿਆ 10:56 ਪਾਰਟੀ 'ਤੇ ਜਿਹੜਾ ਫੂਡ ਬਚਿਆ ਸੀਗਾ ਉਹ ਆਪਾਂ ਕੈਰੀ ਕਰ ਲਿਆ ਅਤੇ ਆਪਾਂ ਸੋਚਿਆ ਕਿ ਇਹਨੂੰ ਪੈਕ ਕਰਾ ਕੇ ਅਸੀਂ ਕਿਸੇ ਲੋੜਵੰਦ ਨੂੰ ਦੇ ਦਿੰਦੇ ਹਾਂ ਅਤੇ ਉੱਧਰ ਕਰਨ ਗਿਆ ਸੀਗਾ ਦੇਖਣ ਭੋਗਪੁਰ ਸਰਵਾਲ ਦੇ ਰੇਲਵੇ ਸਟੇਸ਼ਨ 'ਤੇ ਅਤੇ ਲੱਭਿਆ ਕੋਈ ਹੈ ਨਹੀਂ ਚਲੋ ਕਿਤੇ ਹੋਰ ਦੇਖ ਲੈਂਦੇ ਹਾਂ ਫਿਰ ਅੱਜ ਕੱਲ੍ਹ ਇੰਡੀਆ ਤੋਂ ਅਮੈਰੀਕਾ ਕੈਨੇਡਾ ਦੀਆਂ ਜਿਹੜੀਆਂ ਡਿਸਪੈਚ ਆ ਨਾ ਉਹ ਭੋਗਪੁਰ ਸ਼ਹਿਰ ਦਾ ਇਹ ਆਫਿਸ ਕਰੀ ਜਾਂਦਾ ਰਾਤ ਨੂੰ 24 ਘੰਟੇ ਖੁੱਲ੍ਹਾ ਹੁੰਦਾ ਹੈ ਵਲੌਗ ਦੀ ਇੱਥੇ ਕਰਦੇ ਹਾਂ ਸਮਾਪਤੀ ਜੇ ਵਧੀਆ ਲੱਗਿਆ ਲਾਈਕ ਕਰੀਏ ਕਮੈਂਟ ਕਰਕੇ ਦੱਸੋ ਤੁਹਾਨੂੰ ਵਲੌਗ ਕਿਹੋ ਜਿਹਾ ਲੱਗਿਆ ਅਤੇ ਮਿਲਦੇ ਹਾਂ ਅਗਲੇ ਵਲੌਗ 'ਚ ਰੱਬ ਰੱਖਾ